ਲਾਂ ਜੀ ਮੁਹੰਮਦ ਬਿਨ ਕਾਸਿਮ ਨੂੰ ਇੱਕ ਜ਼ਨਾਨੀ ਦਾ ਇਥੋਂ ਬੱਚੀ ਦਾ ਖਤ ਗਿਆ ਸਿੰਧ ਦੇ ਚੋਂ ਕਿ ਰਾਜਾਦਾਰ ਦੇ ਗੁੰਡੇ ਜਿਹੜੇ ਮੇਰੇ ਤੇ ਹਮਲਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਹਮਲਾ ਕੀਤਾ ਹੈ ਤੇ ਮੁਹੰਮਦ ਬਿਨ ਕਾਸਿਮ ਉਹ ਪੜ ਕੇ ਤੇ ਨਹੀਂ ਕਿ ਹਮ ਔਰਤ ਕੀ ਖਾਤਰ ਇੱਕ ਜੰਗ ਛੇੜ ਦੇ ਔਰਤ ਦੀ ਖਾਤਰ ਅਸੀਂ ਸਮੁੰਦਰਾਂ ਦੇ ਸਫ਼ਰ ਕਰੀਏ ਸਾਡੇ ਕੋਲ ਜੰਗ ਦੇ ਸਮਾਨ ਕਿੱਥੋਂ ਜੇ ਸਾਨੂੰ ਇੰਜ ਹੋ ਜਾਏਗਾ ਫਿਰ ਅਸੀਂ ਮਰ ਜਾਵਾਂਗੇ ਇੱਕ ਔਰਤ ਦਾ ਖਤ ਗਿਆ ਕੋਈ ਤਾਕੀਕ ਨਹੀਂ ਕੀਤੀ ਮੁਸਲਿਮ ਔਰਤ ਦਾ ਖਤ ਗਿਆ ਮੁਹੰਮਦ ਬਿਨ ਕਾਸਿਮ ਨੇ ਆ ਕੇ ਸਿੰਧ ਦੀ ਜ਼ਮੀਨ ਹਿਲਾ ਕੇ ਰੱਖੀ ਉਹਨਾਂ ਕਹਾ ਗੈਰਤਮੰਦ ਬੱਚੀ ਦੇ ਤੂੰ ਮੁਸਲਮਾਨ ਹੈ ਤੇ ਤੂੰ ਸਾਡੀ ਜੁਰਤ ਕਿਵੇਂ ਹੋਈ ਰਾਜਾਦਾਰ ਦੇ ਪੁੱਤਰੋ ਉੱਥੋਂ ਚੱਲਦਿਆਂ ਚੱਲਦਿਆਂ ਮੁਲਤਾਨ ਤੱਕ ਆ ਕੇ ਉਹਦੀ ਤਲਵਾਰ ਨੇ ਇੰਜ ਗਾੜਿਆ ਲਾ ਇਲਾ ਇਲਾ ਮੁਹੰਮਦ ਰਸੂਲ ਗੱਲ ਕਰਨ ਵਾਲੀ ਕੋ ਕਰੋ ਸਾਡੇ ਨਾਲ ਕੋਈ ਗੱਲ ਇਸਲਾਮ ਦੀ ਤਾਰੀਖ ਹੈ ਪੂਰੀ ਅਬਦੁਲ ਮਲਿਕ ਬਿਨ ਮਰਵਾਨ ਤਖਤ ਉੱਤੇ ਬੈਠੇ ਸੀ ਫਾਰਿਸ ਦੇ ਕਿਲੇ ਉੱਤੇ ਇੱਕ ਮੁਸਲਮਾਨ ਗੁਜ਼ਰ ਰਿਹਾ ਸੀ ਤੇ ਉੱਤੇ ਇੱਕ ਈਸਾਈ ਨੇ ਇੱਕ ਮੁਸਲਮਾਨ ਔਰਤ ਦੀ ਤਰਫਾਂ ਹੱਥ ਬੜਾਇਆ ਉਹਨੇ ਕਿਹਾ ਕਿੱਧਰ ਗਏ ਅਬਦੁਲ ਮਲਿਕ ਬਿਨ ਮਰਵਾਨ ਦੇ ਘੋੜੇ ਮੈਨੂੰ ਤਾਂ ਇੱਕ ਈਸਾਈ ਮੇਰੀ ਤਰਫ ਜਨਾਬ ਹੱਥ ਵਧਾ ਰਿਹਾ ਉੱਥੋਂ ਮੁਸਲਮਾਨ ਉਹ ਚੱਲਿਆ ਤੇ ਅਬਦੁਲ ਮਲਿਕ ਤਖਤ ਉੱਤੇ ਬੈਠਿਆ ਸੀ ਉਹਨੇ ਆ ਕੇ ਦੱਸਿਆ ਕਿ ਉਹ ਫਾਰਿਸ ਦੇ ਕਿਲੇ ਉੱਤੇ ਇੱਕ ਈਸਾਈ ਮੁਸਲਮਾਨ ਔਰਤ ਦੀ ਤਰਫ ਹੱਥ ਇੰਜ ਵਧਾਇਆ ਤੇ ਉਹਨੇ ਤੈਨੂੰ ਪੁਕਾਰਿਆ ਉੱਠ ਕੇ ਖੜਾ ਹੋ ਗਿਆ ਤਲਵਾਰ ਲੈ ਕੇ ਕਹਿਣ ਲੱਗਾ ਲਬੈਕ ਯਾ ਉਸਤੀ ਕਹਿਣ ਲੱਗਾ ਮੇਰੀ ਬਹਿਨ ਮੈਂ ਆ ਰਹਾ 10,000 ਅਬਲ ਕੀ ਘੋੜੇ ਲੈ ਕੇ ਸੀ 10,000 ਤੇ ਪੂਰੀ ਫਾਰਿਸ ਦੀ ਜ਼ਮੀਨ ਹਿਲਾ ਕੇ ਉਹਨੇ ਰੱਖ ਦਿੱਤੀ ਉਹਨੇ ਕਿਹਾ ਜੁਰਅਤ ਕਿਵੇਂ ਹੋਈ ਤੁਹਾਡੀ ਤੁਸੀਂ ਇੱਕ ਮੁਸਲਮਾਨ ਔਰਤ ਦੀ ਤਰਫ ਹੱਥ ਵਧਾਇਆ